हेलो स्टूडेंट्स वेलकम यू ऑल ऑन सबीसी ऑनलाइन प्लेटफॉर्म स्टूडेंट्स अब अपनी नैक्सट क्लास जिस जिसमें इंपॉर्टेंट क्वेश्चन डिस्कस करा रिगार्डिंग टू नैब तहसीलदार एंड कोऑपरेटिव सोसायी इंस्पैक्टर ठीक है चलो स्टार्ट करते हैं अपना अच्छा सिक्स सैशन जिस इंडियन पॉलिटी एंड इंडियन हिस्टरी इंपोर्टेंट क्वेश्चन हो गए जिन्हों बच्चे ने इस चैनल सबसक्राइब नहीं किया शेयर नहीं किया प्लीज़ अपने फ्रेंड्स न सैशन शेयर करो एंड लाइक करो ठीक है चलो स्टार्ट करते हैं आपका ਸਭ ਤੋਂ ਪਹਿਲਾ ਕੁਐਸਚਨ ਇੰਡੀਅਨ ਹਿਸਟਰੀ ਨਾਲ ਰਿਲੇਟਡ ਹੈ ਇੰਡੀਅਨ ਹਿਸਟਰੀ ਦਾ ਸਭ ਤੋਂ ਪਹਿਲਾ ਕੁਐਸਚਨ ਕੀ ਹੈ ਜ ਆਪਣਾ ਮੂਵਮੈਂਟ ਅਕੋਰਡਿੰਗ ਮੀਨਸ ਆਪਣਾ ਮਾਡਰਨ ਹਿਸਟਰੀ ਦੇ ਅਕੋਰਡਿੰਗ ਹੀ ਕੁਐਸਚਨ ਹੈ ਠੀਕ ਹੈ ਜੀ ਸਭ ਤੋਂ ਪਹਿਲੇ ਕੁਐਸਚਨ ਕਿ ਕਿਉਂ ਨਾ ਕਿਹਾ ਹੈ ਬੀ ਗਾਂਧੀ ਜੀ ਨੇ ਸਿਵਲ ਡਿਸਓਬਿਡੈਂਸ ਮੂਵਮੈਂਟ ਫੇਲਿਅਰ ਹੋਣ ਤੋਂ ਬਾਅਦ ਜੋ ਸਿਵਲ ਡਿਸਓਬਿਡੈਂਸ ਮੂਵਮੈਂਟ ਚੱਲ ਰਹੀ ਸੀ ਉਸ ਨੂੰ ਫੇਲਿਅਰ ਹੋਣ ਤੋਂ ਬਾਅਦ ਕਿਸ ਚੀਜ਼ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਸ ਜੀ ਚੀਜ਼ ਤੇ ਜ਼ੋਰ ਦਿੱਤਾ ਸੀ ਉਹਨਾਂ ਨੇ ਜ਼ੋਰ ਦਿੱਤਾ ਸੀ ਕੰਸਟਰਕਟਿਵ ਪ੍ਰੋਗਰਾਮਸ ਤੇ ਉੱਪਰ ਕੰਸਟਰਕਟਿਵ ਪ੍ਰੋਗਰਾਮਸ ਦੇ ਵਿੱਚ ਕੀ ਸੀਗਾ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ 13 ਇੱਕ 13 ਪੁਆਇੰਟਸ 13 ਪੁਆਇੰਟਸ ਲੈ ਕੇ ਆਂਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਦੇ ਵਿੱਚ ਪੰਜ ਹੋਰ ਐਡ ਕਰਤੇ ਮੀਨਸ ਟੋਟਲ 18 18 ਏਜੰਡੇ ਬਣ ਗਏ ਸੀ 18 ਮੇਨ ਪੁਆਇੰਟਸ ਬਣ ਗਏ ਸੀ ਠੀਕ ਹੈ ਯਾਰਾ 18 ਪੁਆਇੰਟਸ ਤੇ ਕੰਮ ਕਰਨਾ ਜਿਨ੍ਹਾਂ ਦੇ ਵਿੱਚ ਕੀ ਸੀ ਇੱਕ ਅ ਅਨਟੱਚਬਿਲਟੀ ਨੂੰ ਰਿਮੂਵ ਕਰਨਾ ਇਸ ਤੋਂ ਇਲਾਵਾ ਨੋ ਪ੍ਰਹੀਬਿਸ਼ਨ ਉਸ ਤੋਂ ਇਲਾਵਾ ਵਿਲੇਜ ਇੰਡਸਟਰੀ ਲੈ ਕੇ ਆਉਣੀ ਠੀਕ ਹੈ ਵਿਲੇਜ ਸੈਨੀਟੇਸ਼ਨ ਲੈ ਕੇ ਆਉਣਾ ਇਸ ਤੋਂ ਇਲਾਵਾ ਬੇਸਿਕ এডਿਕੇਸ਼ਨ ਲੈ ਕੇ ਆਉਣਾ ਊਮਨਸ ਰਿਲੇਟਡ ਠੀਕ ਹੈ ਊਮਨਸ ਦੀ ਊਮਨਸ ਵਾਸਤੇ ਸੁਧਾਰ ਕਰਨੇ ਕਮਿਊਨਲ ਯੂਨਿਟੀ ਲੈ ਕੇ ਆਉਣੀ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਸੀ ਜੋ ਕਿ ਇਹਨਾਂ ਦੇ ਕੰਮ ਕਰਨਾ ਚਾਹੁੰਦੇ ਸੀ ਇੱਕ ਯੂਨਿਟੀ ਨਾਲ ਲੈ ਕੇ ਚੱਲਣ ਜਿਉਂਦੀ ਸੀ ਤਾਂ ਕਿ ਇੰਡੀਆ ਅੱਗੇ ਵਧ ਸਕੇ ਤੇ ਇੰਡੀਆ ਆਜ਼ਾਦ ਹੋਣ ਤੱਕ ਆ ਸਕੇ ਠੀਕ ਹੈ ਜੀ ਤਾਂ ਕੰਸਟਰਕਟਿਵ ਪ੍ਰੋਗਰਾਮ ਦੇ ਉੱਪਰ ਗਾਂਧੀ ਜੀ ਨੇ ਕੰਮ ਕਰਨਾ ਸਟਾਰਟ ਕੀਤਾ ਚਲੋ ਨੈਕਸਟ ਕੁਐਸਚਨ ਤੇ ਆਪਾਂ ਗੱਲ ਕਰ ਹਾਂਜੀ ਡੂਰ ਡਾਈ ਡੂਰ ਡਾਈ ਸਲੋਗਨ ਕਾਫੀ ਤੁਸੀਂ ਦੇਖਿਆ ਹੋਵੇਗਾ ਡੂਰ ਡਾਈ ਕਾਫੀ ਸੁਣਿਆ ਹੋਵੇਗਾ ਤਾਂ ਡੂਰ ਡਾਈ ਕਰੋ ਜਾਂ ਮਰੋ ਦਾ ਨਾਰਾ ਕਰੋ ਜਾਂ ਮਰੋ ਦਾ ਨਾਰਾ ਕਿਸੇ ਇੱਕ ਪੁਸ਼-ਅਪ ਸੀਗਾ ਭਾਰਤੀਆਂ ਵਾਸਤੇ ਇੱਕ ਪੁਸ਼-ਅਪ ਸੀਗਾ ਤੁਸੀਂ ਅੰਗਰੇਜ਼ਾਂ ਤੋਂ ਆਪਣਾ ਖਿਹੜਾ ਛਡਾਓ ਠੀਕ ਹੈ ਆਪਣਾ ਦੇਸ਼ ਨੂੰ ਆਜ਼ਾਦ ਕਰਾਓ ਤਾਂ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ ਇੱਕ ਕਿਹਨੇ ਦਿੱਤਾ ਸੀ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ 1942 ਦਿੱਤਾ ਸੀ ਕੋਈ ਦਿੱਤਾ ਸੀ 1942 ਚ ਨਾ ਨਹੀਂ ਇੱਕ ਨਾਰਾ ਦਿੱਤਾ ਸੀ ਡੂਰ ਡਾਈ ਠੀਕ ਹੈ ਜੀ ਫਾਈਨਲ ਪੁਸ਼-ਅਪ ਸੀ ਮਹਾਤਮਾ ਗਾਂਧੀ ਦੁਆਰਾ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਨੈਕਸਟ ਕੁਐਸਚਨ ਕੀ ਹੈ ਉਹ ਕਿਹੜਾ ਸਤਿਆਗ੍ਰਹਿ ਹੈ ਉਹ ਕਿਹੜਾ ਸਤਿਆਗ੍ਰਹਿ ਜਿੰਦੇ ਵਿੱਚ ਗਾਂਧੀ ਜੀ ਨੇ ਡਾਇਰੈਕਟਲੀ ਪਾਰਟਿਸਿਪੇਟ ਨਹੀਂ ਕੀਤਾ ਵੀ ਡਾਇਰੈਕਟਲੀ ਵੀ ਵੈਸੇ ਦਾ ਗਾਂਧੀ ਜੀ ਦੇ ਕਹਿ ਦੋ ਵੀ ਉਦੇਸ਼ਾਂ ਨਾਲ ਗਾਂਧੀ ਜੀ ਦੇ ਜੋ ਸੰਘਰਸ਼ ਚ ਕਰ ਰਿਹਾ ਸੀ ਗਾਂਧੀ ਜੀ ਉਸ ਦੇ ਅਕੋਰਡਿੰਗ ਹੀ ਕੰਮ ਹੋ ਰਿਹਾ ਸੀ ਠੀਕ ਹੈ ਗਾਂਧੀ ਜੀ ਤੋਂ ਇਮਪ੍ਰੈਸ ਹੋ ਕੇ ਹੀ ਲੋਕੀ ਕੰਮ ਕਰ ਰਿਹਾ ਸੀ ਠੀਕ ਹੈ ਜੀ ਤਾਂ ਉਹ ਕਿਹੜਾ ਐਵੇਂ ਦਾ ਸਤਿਆਗ੍ਰਹਿ ਹੈ ਜਿਸ ਵਿੱਚ ਗਾਂਧੀ ਜੀ ਨੇ ਪਾਰਟਿਸਿਪੇਟ ਨਹੀਂ ਕੀਤਾ ਡਾਇਰੈਕਟਲੀ ਅਸਿੱਧੇ ਰੂਪ ਤਾਂ ਹੈਗਾ ਹੀ ਹੈਗਾ ਸੀਗਾ ਸਿੱਧੇ ਰੂਪ ਵਿੱਚ ਨਹੀਂ ਕੀਤਾ ਠੀਕ ਹੈ ਤਾਂ ਡਾਇਰੈਕਟਲੀ ਕਿਨੇ ਕਿਹਨੇ ਜਿਹੜਾ ਰਾਜਕੋਟ ਸੱਤਿਆਗ੍ਰਹਿ ਨਹੀਂ ਕੀਤਾ ਰਾਜਕੋਟ ਸੱਤਿਆਗ੍ਰਹਿ ਇਹ ਗਵਾਈ ਵਕੀਲ ਦੁਆਰਾ ਕੀਤੀ ਗਈ ਸੀ ਵਕੀਲ ਕੌਣ ਸੀ ਦਿਹਬਰ ਦਿਹਬਰ ਲਾਇਰ ਸੀਗਾ ਇਨ ਇਨ ਇਨਾਂ ਦੇ ਦੁਆਰਾ ਆਪਣੀ ਵਕਾਲਤ ਛੱਡ ਕੇ ਰਾਜਕੋਟ ਸੱਤਿਆਗ੍ਰਹਿ ਦੀ ਰਾਜਕੋਟ ਸੱਤਿਆਗ੍ਰਹਿ ਦਾ ਜਿਹੜਾ ਹੈਗਾ ਉਹਨਾਂ ਨੇ ਆਪਣਾ ਦੇ ਵਿੱਚ ਹਿੱਸਾ ਲਿਆ ਸੀ ਮੇਨਲੀ ਇਹ ਵੀ ਇੱਕ ਸਿਵਲ ਡਿਸੋਬਿਡੈਂਸ ਇਹ ਮੇਨਲੀ ਇਹ ਵੀ ਇੱਕ ਸਿਵਲ ਡਿਸੋਬਿਡੈਂਸ ਹੋ ਦਾ ਹਿੱਸਾ ਹੀ ਸੀਗਾ ਠੀਕ ਹੈ ਇਹ ਮੇਨਲੀ ਜਿਹੜਾ ਚੱਲਿਆ ਹੈਗਾ 1938-39 ਤੋਂ ਚੱਲਿਆ ਹੈਗਾ 38-39 ਤੋਂ ਲੈ ਕੇ 38-39 ਤੋਂ ਲੈ ਕੇ 1942 ਤੱਕ ਕੀ ਜਿਹੜਾ ਰਾਜਕੋਟ ਸਤਿਆਗ੍ਰਹਿ ਚੱਲ ਰਿਹਾ ਹੈ ਇੱਕ ਕਾਫੀ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਟ ਰਿਹਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਕੀ ਹੈ ਜੀ ਬਾਰਦੋਲੀ ਬਾਰਦੋਲੀ ਸਤਿਆਗ੍ਰਹਿ ਕਿਉਂਕਿ ਇੱਕ ਹੋਰ ਗੱਲ ਇਹਦੇ ਵੀ ਦੱਸਣਾ ਚਾਹਾਂਗਾ ਤੀਸਰੇ ਦੇ ਵਿੱਚ ਕਿਉਂਕਿ ਇਸ ਟਾਈਮ ਗਾਂਧੀ ਜੀ ਨੇ ਇੱਕ ਨਵਾਂ ਸਟਾਰਟ ਕੀਤਾ ਸੀਗਾ ਨਵਾਂ ਪ੍ਰੋਗਰਾਮ ਸਟਾਰਟ ਕੀਤਾ ਸੀ ਇੰਡੀਵਿਜੂਅਲ ਸਤਿਆਗ੍ਰਹਿ ਤੁਸੀਂ ਸਭ ਨੇ ਦੇਖਿਆ ਹੋਵੇਗਾ ਇੰਡੀਵਿਜੂਅਲ ਸਤਿਆਗ੍ਰਹਿ ਤੇ ਇਹ ਇੰਡੀਵਿਜੂਅਲ ਸਤਿਆਗ੍ਰਹਿ ਦੇ ਅੰਡਰ ਹੀ ਇੱਕ ਪ੍ਰੋਗਰਾਮ ਆਉਂਦਾ ਹੈ ਕੈਂਪੇਨ ਆਉਂਦੀ ਹੈ ਜਿਸ ਵਿੱਚ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇੱਕ ਸਤਿਆਗ੍ਰਹਿ ਚਲਾਓ ਜੋ ਕਿ ਅੰਗਰੇਜ਼ਾਂ ਦੇ ਵਿਰੁੱਧ ਹੋਵੇ ਠੀਕ ਹੈ ਚਲੋ ਨੈਕਸਟ ਕੁਐਸਚਨ ਕੀ ਆਪਣਾ ਬਾਰਦੋਲੀ ਬਾਰਦੋਲੀ ਸਤਿਆਗ੍ਰਹਿ ਹਾਂ ਦੀ ਲੀਡ ਕਿਸ ਨੇ ਕੀਤੀ ਬਾਰਦੋਲੀ ਸਤਿਆਗ੍ਰਹਿ ਦੀ ਲੀਡ ਜਿਹੜੀ ਕੀਤੀ ਸੀ ਉਹ ਵੱਲਭ ਭਾਈ ਪਟੇਲ ਜੀ ਦੀ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਕੀਤੀ ਸੀ ਠੀਕ ਹੈ ਇਹ ਵੀ ਇੱਕ ਮੇਨ ਐਪੀਸੋਡ ਹੈ ਇਹ ਵੀ ਇੱਕ ਸਿਵਲ ਡਿਸੋਬੀਡੈਂਸ ਜਿਹੜੀ ਇੱਕ ਸਿਵਲ ਡਿਸੋਬੀਡੈਂਸ ਹੈਗੀ ਹੈ ਸਿਵਲ ਡਿਸੋਬੀਡੈਂਸ ਮੂਵਮੈਂਟ ਹੈ ਉਸ ਦਾ ਇੱਕ ਮੇਨ ਐਪੀਸੋਡ ਹੈਗਾ ਕੀ ਹੈ ਬਾਰਦੋਲੀ ਸਤਿਆਗ੍ਰਹਿ ਠੀਕ ਹੈ राजे ਮੇਨਲੀ ਬਾਰਦੋਲੀ ਸਤਿਆਗ੍ਰਹਿ ਹੈ 12 ਜੂਨ ਕਦੋਂ ਸਟਾਰਟ ਹੋਇਆ ਸੀ 12 ਜੂਨ 1928 ਨੂੰ ਸਟਾਰਟ ਹੋਇਆ ਸੀ राजे 12 ਜੂਨ 1928 ਨੂੰ ਸਟਾਰਟ ਹੋਇਆ ਸੀ ਠੀਕ ਹੈ ਆ ਸਰਦਾਰ ਵੱਲਭ ਭਾਈ ਪਟੇਲ ਦੁਆਰਾ ਸਟਾਰਟ ਕੀਤਾ ਗਿਆ ਸੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਤੇ ਅਪਾ ਗੱਲ ਕਰਦੇ ਆ ਨੈਕਸਟ ਕੁਐਸਚਨ ਕੀ ਸੈਕੰਡ ਰਾਉਂਡ ਟੇਬਲ ਕਾਨਫਰੰਸ ਸੈਕੰਡ ਰਾਉਂਡ ਟੇਬਲ ਕਾਨਫਰੰਸ ਆਪਾਂ ਸਾਰਿਆਂ ਨੂੰ ਪਤਾ ਹੈ ਕਦੋਂ ਹੋਈ ਸੀ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੋਈ ਸੀਗੀ 7 ਸਪਟੰਬਰ 1931 ਤੋਂ ਲੈ ਕੇ 1 ਦਸੰਬਰ 131 ਤੱਕ ਚੱਲੀ ਸੀ ਠੀਕ ਹੈ ਮੀਨ ਆਪ ਨੂੰ ਪਤਾ ਹੈ ਲੰਡਨ 'ਚ ਹੋਈ ਇਸ ਅਨੁਸਾਰ ਨੂੰ ਪਤਾ ਲੰਡਨ 'ਚ ਹੋਈ ਸੀ ਕਿ ਰਾਜੀ ਠੀਕ ਹੈ ਤਰਾਂਸ ਤੇ ਮੈਕਡੋਨਲਡ ਉਸ ਟਾਈਮ ਕੀ ਸੀਗੇ ਲੰਡਨ ਦੇ ਪੀ ਆਪਣੇ ਸੌਰੀ ਇੰਗਲੈਂਡ ਦੇ ਪੀਐਮ ਸੀ ਰਾਜੀ ਠੀਕ ਹੈ ਤਾਂ ਇਸ ਮੀਟਿੰਗ ਦੇ ਵਿੱਚ ਗਾਂਧੀ ਜੀ ਨੇ ਪਾਰਟਿਸਪੇਟ ਕੀਤਾ ਕਿਉਂਕਿ ਲਾਰਡ ਇਰਵਿਨ ਤੇ ਗਾਂਧੀ ਵਿੱਚ ਇੱਕ ਐਗਰੀਮੈਂਟ ਸਾਈਨ ਹੋਇਆ ਸੀ ਜਿਸ ਵਿੱਚ ਜਿਸ ਵਿੱਚ ਤੋਂ ਕਿਸੇ ਕਾਂਗਰਸ ਤੇ ਇੱਕ ਬੈਨ ਜੋ ਲੱਗਾ ਹੋਇਆ ਸੀ ਉਹ ਲੈਫਟ ਕਰਤਾ ਸੀ ਬ੍ਰਿਟਿਸ਼ ਗਵਰਨਮੈਂਟ ਨੇ ਤੇ ਗਾਂਧੀ ਜੀ ਨੇ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਹਿੱਸਾ ਲਿਆ ਸੀ ਬਟ ਫੇਲਿਅਰ ਹੋਣ ਦਾ ਰੀ ਕਮਨ ਅਵਾਰਡ ਜੋ ਪਿਛੜੀ ਸਰਹਣੀਆਂ ਨੂੰ ਇੱਕ ਅਵਾਰਡ ਦੇ ਨਾਲ ਸਟਾਰਟ ਕਰਤੇ ਸੀਗੇ ਠੀਕ ਹੈ ਤਾਂ ਗਾਂਧੀ ਜੀ ਕਹਿੰਦੇ ਸੀ ਸਾਰੇ ਨੂੰ ਇੱਕ ਯੂਨਿਟੀ ਨਾਲ ਲੈ ਕੇ ਚੱਲੋ ਤੁਸੀਂ ਪਰ ਇਹਨਾਂ ਨੇ ਅਵਾਰਡ ਦੇ ਨਾਲ ਸਟਾਰਟ ਕੀਤਾ ਇਸ ਕਰਤੇ ਸੀ ਕਿ ਕੀ ਕੀ ਹੁੰਦਾ ਹੈ ਫੁੱਟਪਾਉ ਰਾਜਕ੍ਰੋਧੀ ਨੀਤੀ ਦੇ ਅੰਡਰ ਇਹਨਾਂ ਨੇ ਸਟਾਰਟ ਕਰਤਾ ਸੀਗਾ ਤਾਂ ਕਰਕੇ ਗਾਂਧੀ ਜੀ ਇਸ ਚੀਜ਼ ਦੇ ਵਿਰੋਧ ਸੀ ਅਗੇਂਸਟ ਸੀ ਤੇ ਉਹ ਮੀਟਿੰਗ ਛੱਡ ਕੇ ਵਿੱਚ ਆ ਗਏ ਸੀ ਤਾਂ ਕਰਕੇ ਮੀਟਿੰਗ ਜਿਹੜੀ ਹੈ ਉਹ ਫੇਲ ਹੋ ਗਈ ਸੀ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਕੀ ਹੈ ਹਾਂਜੀ ਦ ਸੋਲ ਰਿਪ੍ਰੈਜ਼ੈਂਟੇਟਿਵਸ ਰਿਪ੍ਰੈਜ਼ੈਂਟ ਆਫ ਦਾ ਕਾਂਗਰਸ ਇਨ ਸੈਂਕਟ ਮੀਨ ਸੈਂਕਟ ਰਾਉਂਡ ਟੇਬਲ ਮੀਟਿੰਗ ਦੀ ਜੋ ਹਿੱਸਾ ਲਿਆ ਸੈਂਕਟ ਰਾਉਂਡ ਟੇਬਲ ਮੀਟਿੰਗ ਦੇ ਵਿੱਚ ਵਿੱਚ ਇੱਕ ਮੇਨ ਇੱਕ ਇੱਕੋ ਇੱਕ ਪ੍ਰਤਿਨਿਧੀ ਕੌਣ ਸੀ ਮੀਨ ਸਿਕ ਮੇਨ ਪ੍ਰਤਿਨਿਧੀ ਕੌਣ ਸੀਗਾ ਮੇਨ ਪ੍ਰਤਿਨਿਧੀ ਕੌਣ ਸੀ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਮੇਨ ਮੇਨ ਪ੍ਰਤਿਨਿਧੀ ਦੇ ਤੌਰ ਤੇ ਸੀ ਬਿਲਕੁਲ ਸੀ ਜੀ ਮਹਾਤਮਾ ਗਾਂਧੀ ਮੇਨ ਪ੍ਰਤਿਨਿਧੀ ਤੌਰ ਤੇ ਕਾਂਗਰਸ ਦੇ ਵੱਲੋਂ ਕੌਣ ਸੀਗੇ ਮਹਾਤਮਾ ਗਾਂਧੀ ਸਾਬਸ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਤੇ ਪਹੁੰਚ ਗਏ ਅ ਇਸ ਤਰ੍ਹਾਂ ਕੁਝ ਬੱਚਿਆਂ ਦਾ ਇੱਕ ਕੁਐਸਚਨ ਆਉਂਦਾ ਸਰ ਤੁਸੀਂ ਪੈਨਲ ਤੇ ਕਲਾਸਿਸ ਕਿਉਂ ਲਗਾ ਰਹੇ ਰਾਜੀ ਪੈਨਲ ਤੇ ਕਲਾਸਿਸ 15 ਫੈਬ ਤੋਂ ਬਾਅਦ 15 ਫੈਬ ਤੋਂ ਬਾਅਦ ਆਪਣੀਆਂ ਪੈਨਲ ਤੇ ਕਲਾਸਿਸ ਆਨਲਾਈਨ ਸਟਾਰਟ ਹੋ ਜਾਣਗੀਆਂ ਠੀਕ ਹੈ ਅ ਥੋੜੀ ਦੀ ਸ਼ਿਫਟਿੰਗ ਚੱਲ ਰਹੀ ਸੀਗੀ ਤਾਂ ਕਰਕੇ ਥੋੜਾ ਜਿਹਾ ਕਲਾਸਿਸ ਉਹਨਾਂ ਪੈਨਲ ਤੇ ਨਹੀਂ ਲਗਾ ਲਗਾ ਪਾ ਰਹੇ ਠੀਕ ਹੈ ਤਾਂ ਅ ਬਸ 15 ਦਿਨਾਂ ਬਾਅਦ ਤੁਹਾਡੀਆਂ ਕਲਾਸਿਸ ਪੈਨਲ ਤੇ ਵੀ ਹੋਣੀਆਂ ਸਟਾਰਟ ਹੋ ਜਾਣਗੀਆਂ ਤੇ ਇਵੇਂ ਚੱਲਣਗੀਆਂ ਠੀਕ ਹੈ ਰਾਜੀ ਚਲੋ ਨੈਕਸਟ ਕੁਐਸਚਨ ਦੀ ਹੁਣ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਕੀ ਹੈ ਐਕਚੁਅਲੀ ਗਲਾਵੀਆਂ ਜਿ ਬੈਠਾ ਬੈਠਾ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਠੀਕ ਹੈ ਅ ਤੁਹਾਨੂੰ ਪਤਾ ਵਾਇਰਲ ਫੈਲਿਆ ਹੋਇਆ ਸਾਰੇ ਇਸ ਸਰ ਜਗ੍ਹਾ ਤੇ ਵਾਇਰਲ ਚੱਲ ਰਿਹਾ ਹੈ ਨਾ ਫੀਵਰ ਵਗੈਰਾ ਜੁਕਾਮ ਖੰਗ ਵਗੈਰਾ ਚੱਲ ਰਹੀ ਹੈ ਤਾਂ ਪਿਛਲੇ 1 ਮਹੀਨੇ ਤੋਂ ਸਿਰਫ ਇਸੇ ਚੀਜ਼ਾਂ ਹੀ ਨਿਕਲ ਰਿਹਾ ਕਦੇ ਖੰਗ ਕਦੇ ਜੁਕਾਮ ਕਦੇ ਗਲਾ ਖਰਾਬ ਕਦੇ ਬੁਖਾਰ ਬਸ ਇਸੇ ਚੀਜ਼ਾਂ ਹੀ ਨਿਕਲ ਰਿਹਾ ਪਰ ਸਟੱਡੀ ਆਪਾਂ ਕੰਟੀਨਿਊ ਰੱਖਾਂਗੇ ਸਟੱਡੀ ਦੇ ਵਿੱਚ ਆਪਾਂ ਨੈਕਸਟ ਕੁਐਸਚਨ ਕੀ ਕਰਦੇ ਆ ਅੱਜ ਦਾ ਕੁਐਸਚਨ ਦਾ ਪਰਮਨੈਂਟ ਸੈਟਲ ਮੋਸਟ ਇੰਪੋਰਟੈਂਟ ਕੁਐਸਚਨ ਹੈ ਪੀਪੀਐਸਸੀ ਦਾ ਇੰਪੋਰਟੈਂਟ ਕਿਉ ਪੀਪੀਐਸਸੀ ਦੀ ਫੇਵਰਟ ਚੀਜ਼ ਹੈ ਠੀਕ ਹੈ ਤਾਂ ਸਤਵੇਂ ਕੁਐਸਚਨ ਵਿੱਚ ਕੀ ਹੈ ਦਾ ਪਰਮਨੈਂਟ ਸੈਟਲਮੈਂਟ ਇੰਟਰੋਡਿਊਸਡ ਬਾਈ ਕਾਰਨਵਾਲਿਸ ਕਾਰਨਵਾਲਿਸ ਨੇ ਬੰਗਾਲ ਦੇ ਵਿੱਚ ਇੱਕ ਪਰਮਨੈਂਟ ਸੈਟਲਮੈਂਟ ਚਲਾਈ ਠੀਕ ਹੈ ਪਰਮਨੈਂਟ ਸੈਟਲਮੈਂਟ ਚਲਾਈ ਜਿਸ ਨੂੰ ਜਿਸ ਨੂੰ ਕੀ ਜੋ ਕਦੋਂ ਚੱਲੀ ਸਭ ਤੋਂ ਪਹਿਲਾਂ ਪਰਮਨੈਂਟ ਸੈਟਲਮੈਂਟ ਕਦੋਂ ਹੋਈ ਸੀ 1793 1793 ਸਟਾਰਟ ਹੋਈ ਸੀ ਠੀਕ ਹੈ ਕਿੱਥੇ ਕਿੱਥੇ ਹੋਈ ਸੀ ਤੁਹਾਨੂੰ ਸਾਨੂੰ ਪਤਾ ਹੋਣੀ ਹੋਣਾ ਚਾਹੀਦਾ ਬੰਗਾਲ ਗੱਲ ਜਿਆਦਾ ਰੱਖ ਲੈਣੀ ਬੰਗਾਲ ਬਿਹਾਰ ਓਡੀਸ਼ਾ ਬੰਗਾਲ ਬਿਹਾਰ ਉੜੀਸਾ ਤੇ ਹੋਰ ਕਿੱਥੇ ਹੋਈ ਸੀ ਹੋਰ ਹੋਈ ਸੀ ਵਾਰਾਨਸੀ ਕਿੱਥੇ ਹੋਈ ਸੀ ਵਾਰਾਨਸੀ ਲਰਨਸੀ ਸੀ ਤੇ ਕੀ ਇਹ ਕਿਹੜੀ ਸੀਗੀ ਇਹ ਜ਼ਿਮੇਵਾਰੀ ਸਿਸਟਮ ਸੀਗੀ ਬਿਲਕੁਲ ਸਹੀ ਇਹ ਜਿਮੇਵਾਰੀ ਸਿਸਟਮ ਸੀਗੀ ਜਿਹੜੀ ਕਿ 1793 ਦੇ ਵਿੱਚ ਲਾਰਡ ਕਾਰਨਵਾਲਿਸ ਦੁਆਰਾ ਸਟਾਰਟ ਕੀਤੀ ਗਈ ਸੀ ਠੀਕ ਹੈ ਚਲੋ ਨੈਕਸਟ ਕੁਐਸਚਨ ਕੀ ਹੈ ਨੈਕਸਟ ਕੁਐਸਚਨ ਹੈਗਾ ਜੀ ਹੂ ਵਾਸ ਦਾ ਫਰਸਟ ਇੰਡੀਅਨ ਰੂਲਰ ਟੂ ਅਪਲਾਈ ਹਾਂ ਕਿਹੜਾ ਇੰਡੀਅਨ ਰੂਲਰ ਸੀਗਾ ਜਿਨੇ ਕੀ ਵੈਸਟਰਨ ਮੈਥਡ ਅਪਲਾਈ ਕੀਤਾ ਸੀ ਵੈਸਟਰਨ ਮੈਥਡ ਅਪਲਾਈ ਕੀਤਾ ਸੀ ਪੱਛਮੀ ਤੰਗ ਆਪਣੀ ਰਾਜਨੀਤਿਕ ਆਪਣੀ ਪ੍ਰਸ਼ਾਸਨ ਵਿੱਚ ਪੱਛਮੀ ਤੰਗ ਲਾਗੂ ਕਰਨਾ ਕਿਸ ਨੇ ਕੀਤਾ ਸੀਗਾ आ, हैदर अली ਨੇ ਕੀਤਾ सॉरी ਆਪਣੇ टीपू सुल्तान ਨੇ ਕੀਤਾ ਸੀ 6 ਨੇ ਕੀਤਾ ਟੈਪ टीपू सुल्तान ਨੇ ਕੀਤਾ ਸੀ टीपू सुल्तान ਨੇ ਕੀਤਾ ਸੀ हैदर अली ਦੇ بیٹے ਸੀ टीपू सुल्तान ਠੀਕ ਹੈ ਜੀ ਹੈਦਰ अली ਦੇ بیٹے ਸੀ टीपू सुल्तान ਜਿਹੜਾ ਜੋ ਕਿ 1700 ਤੇ 82 ਤੋਂ ਲੈ ਕੇ 1700 ਤੇ 99 ਤੱਕ 1700 99 ਤੱਕ ਜਿਨ੍ਹਾਂ ਨੇ ਆਪਣਾ ਸ਼ਾਸਨ ਚਲਾਇਆ ਜਿਨ੍ਹਾਂ ਨੇ ਆਪਣਾ ਸ਼ਾਸਨ ਚਲਾਇਆ 1700 99 ਤੱਕ ਠੀਕ ਹੈ 1782 ਲੈ ਕੇ 1799 ਤੱਕ ਆਪਣਾ ਸ਼ਾਸਨ ਚਲਾਇਆ ਠੀਕ ਹੈ ਸ਼੍ਰੀ ਰੰਗਾਪਟਨਮ ਦੇ ਵਿੱਚ ਉਹਨਾਂ ਦੀ 17 191999 ਦੇ ਵਿੱਚ ਡੈਥ ਹੋ ਗਈ ਸੀ ਠੀਕ ਹੈ ਰਾਜੇ ਤਾਂ ਇਹਨਾਂ ਨੇ ਆਪਣਾ ਮੈਸੂਰ ਮੈਸੂਰ ਦੇ ਵਿੱਚ ਮਸੂਰ ਦੇ ਰਾਜੇ ਸੀਗੇ ਮੈਸੂਰ ਕਿੰਗ ਕਿਹਾ ਜਾਂਦਾ ਹੈ ਮਸੂਰ ਦੇ ਸੁਲਤਾਨ ਕਿਹਾ ਜਾਂਦਾ ਨਾਲ ਉਹ ਠੀਕ ਹੈ ਤਾਂ ਟਿੱਪੂ ਸੁਲਤਾਨ ਟਿੱਪੂ ਸੁਲਤਾਨ ਸਾਬ ਜੀ ਠੀਕ ਹੈ ਜਿਨ੍ਹਾਂ ਨੇ ਵੈਸਟਰਨ ਮੈਥਡ ਚਲਾਇਆ ਸੀਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਕੀ ਹੈ ਜੀ ਨੈਕਸਟ ਕੁਐਸਚਨ ਹੋਏਗਾ ਵੀ ਹਾਂ ਨੈਕਸਟ ਕੁਐਸਚਨ ਕੀ ਹੈ ਜੋ ਦੱਸਤਾ ਉਸ ਅਕੋਰਡਿੰਗ ਇਹ ਦਾ ਕੈਪੀਟਲ ਆਫ ਟਿੱਪੂ ਸੁਲਤਾਨ ਟਿੱਪੂ ਸੁਲਤਾਨ ਦੀ ਕੈਪੀਟਲ ਕੇਡੀਸੀ ਜਿੱਥੇ ਉਹਨਾਂ ਦੀ ਡੈਥ ਹੋਈ ਵਾਈਲ ਫਾਈਟਿੰਗ ਫੋਰਥ ਐਂਗਲੋ ਮੈਸੂਰ ਵਾਰ ਫੋਰਥ ਐਂਗਲੋ ਮੈਸੂਰ ਵਾਰ 1799 ਵਿੱਚ ਹੋਈ ਸੀ ਕਦੋਂ ਹੋਈ ਸੀ 1799 ਵਿੱਚ ਹੋਈ ਸੀ ਫੋਰਥ ਐਂਗਲੋ ਮੈਸੂਰ ਵਾਰ ਕਿੱਥੇ ਹੋਈ ਸੀ ਸ਼੍ਰੀ ਰੰਗਾਪਟਨਮ ਦੇ ਕੈਪੀਟਲ ਉੱਥੇ ਉਹਨਾਂ ਦੀ ਡੈਥ ਹੋ ਗਈ ਸੀ ਤੁਹਾਨੂੰ ਸਭ ਨੂੰ ਦੱਸਿਆ ਪਿੱਛੇ ਠੀਕ ਹੈ ਨਾ ਜੀ ਚਲੋ ਨੈਕਸਟ ਕੁਐਸਚਨ ਕੀ ਨੈਕਸਟ ਕੁਐਸਚਨ ਹੈਗਾ ਜੀ ਹੂ ਆਫ ਦਾ ਫੋਲੋਇੰਗ ਵਾਸ ਦਾ ਫਸਟ ਟਾਈਮ ਅਤੇ ਡੈਜ ਡੈਜਿੰਗ ਸਿਸਟਮ ਕੇਅਰ ਕਿਸ ਨੂੰ ਇੱਕ ਉਪਨਾਮਿਤ ਕੀਤਾ ਗਿਆ ਜਾਂ ਇੱਕ 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 ਡੈਜਿਗਨੇਸ਼ਨ ਦਿੱਤੀ ਗਈ ਹੈ ਨਾ ਕਿਸ ਚੀਜ਼ ਦੀ ਗਵਰਨਰ ਆਫ ਇੰਡੀਆ ਦੀ ਗਵਰਨਰ ਆਫ ਇੰਡੀਆ ਦੀ ਕਿਸ ਨੂੰ ਗਵਰਨਰ ਆਫ ਇੰਡੀਆ ਸਭ ਤੋਂ ਪਹਿਲਾਂ ਕੌਣ ਬਣੇ ਸੀ ਵਾਰਨ ਹਾਸਟਿੰਗ ਲord ਵਾਰਨ ਹਾਸਟਿੰਗ ਬਣੇ ਸੀ ਕਦੋਂ ਬਣੇ ਸੀ ਲord ਵਾਰਨ ਹਾਸਟਿੰਗ ਹੀ ਬਣੇ ਸੀ राजे 20 ਅਕਤੂਬਰ 1773 20 ਅਕਤੂਬਰ 1773 ਜਬ ਬਣੇ ਸੀ ਤੁਸੀਂ 1773 ਯਾਦ ਰੱਖ ਲੈਣਾ ਇਹ ਕੀ ਕੀ ਇੱਕ ਕਿਸੇ ਗਵਰਨਰ ਆਫ ਇੰਡੀਆ ਬਣੇ ਸੀ ਠੀਕ ਹੈ ਜੀ ਚਲੋ अगर अपना पी सी एस का कोर्स जो कि बहुत जल्दी स्टार्ट हो रहा है विदिन टेन टू फिफ्टीन डेज स्टार्ट हो रहा है अपना रजिस्ट्रेशन करवा medium, medium, हो इंग्लिश मीडियमी मीडियम दोनों अवेलेबल होने वीडियो क्लास डाउनलोड स्टडी मटीरियल डाउट क्लासिस एंड टैस सब कुछ अवेलेबल होगा अपना तैयारी कर सकते हो पाब पी सी एस की ठीक है जी इस अलावा जिन्हों ब ने नैब तहसीलदार एंड कोपरेटिव सोसायी इंस्पैक्टर का एक पेड बैच लैना जिसमें एम स्यू बैच कहें ठीक है जी वन फोर डबल नाइन का है ऐप तो जाकर परचेज़ कर सदते हो चलो जी क्वेश्चन देखने ਹਾਂਜੀ ਹੁਣ ਇੰਡੀਅਨ ਪਾਲਟੀਜ਼ ਰਿਲੇਟਡ ਕੁਐਸਚਨ ਆ ਗਈ ਬਹੁਤ ਇੰਪੋਰਟੈਂਟ ਕੁਐਸਚਨ ਹੈ ਫਰਸਟ ਲੋਕਪਾਲ ਬਿਲ ਵਾਸ ਪ੍ਰੈਜ਼ੈਂਟ ਹੁਣ ਫਰਸਟ ਲੋਕਪਾਲ ਬਿਲ ਕੀ ਕੀ ਹੈ ਕੀ ਵਾਸ ਫਰਸਟ ਲੋਕਪਾਲ ਬਿਲ ਪ੍ਰੈਜ਼ੈਂਟ ਇਨ ਪਾਰਲੀਮੈਂਟ ਹੁਣ ਲੋਕਪਾਲ ਬਿਲ ਕੀ ਹੋਇਆ ਸੀਗਾ ਲੋਕਪਾਲ ਮੀਨ ਲੋਕਪਾਲ ਬਿਲ ਕੀ ਹੁੰਦਾ ਸੀਗਾ ਲੋਕਪਾਲ ਲੋਕਪਾਲ ਦੇ ਬਿਲ ਦੇ ਵਿੱਚ ਇੱਕ ਅਮੈਂਡਸਮੈਂਟ ਅਮੈਂਡਸਮੈਂਟ ਨੂੰ ਨਿਯੁਕਤ ਕਰਨਾ ਸੀਗਾ ਅਮੈਂਡਸਮੈਂਟ ਕੀ ਹੁੰਦਾ ਹੈ ਇੱਕ ਹੀ ਚੀਜ਼ ਇਹ ਇੱਕ ਹੀ ਹੁੰਦੇ ਨੇ ਇੱਕ ਹੁੰਦੇ ਨੇ ਵੀ ਇੱਕ ਇੱਕ ਗਵਰਨਮੈਂਟ ਅਫੀਸ਼ਰ ਹੁੰਦੇ ਨੇ ਕੌਣ ਹੁੰਦੇ ਨੇ ਗਵਰਨਮੈਂਟ ਅਫੀਸਰ ਹੁੰਦੇ ਨੇ ਗਵਰਨਮੈਂਟ ਅਫੀਸਰ ਹੁੰਦੇ ਨੇ ਜਿਹੜੇ ਕੀ ਇਨਵੈਸਟੀਗੇਸ਼ਨ ਕਰਦੇ ਨੇ ਕਿਸ ਚੀਜ਼ ਦੀ ਇਨਵੈਸਟੀਗੇਸ਼ਨ ਕਰਦੇ ਨੇ ਇਨਵੈਸਟੀਗੇਸ਼ਨ ਕਰਨਗੇ ਉਹ ਜੋ ਆਰਡਰ ਨਹੀਂ ਇਹ ਪੀਪਲ ਹੁੰਦੇ ਨੇ ਜਿਹੜੇ ਆਮ ਲੋਕਾਂ ਦੁਆਰਾ ਸਰਕਾਰੀ ਪ੍ਰਸ਼ਾਸਨ ਦੇ ਵਿਰੁੱਧ ਕੰਪਲੇਂਟਸ ਕੀਤੀਆਂ ਗਿਆ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨਗੇ ਮੀਨਸ ਇੱਕ ਇੱਕ ਅਮੰਡਸਮੈਂਟ ਕੀ ਹੁੰਦੇ ਨੇ ਇੱਕ ਗਵਰਨਮੈਂਟ ਆਫੀਸਰ ਹੁੰਦੇ ਨੇ ਠੀਕ ਹੈ राजे ਜੋ ਕਿ ਕੀ ਕਰਨਗੇ ਮੇਨ ਕੰਮ ਕੀ ਕਰਨਗੇ ਇਨਵੈਸਟੀਗੇਸ਼ਨ ਕਰਨਗੇ ਇਨਵੈਸਟੀਗੇਸ਼ਨ ਕਿਸ ਦੀ ਕਿਸ ਚੀਜ਼ ਦੀ ਕਰਨਗੇ ਜੋ ਕਿ ਆਰਡਨਰੀ ਲੋਕਾਂ ਦੁਆਰਾ ਮੀਨਸ ਆਮ ਲੋਕਾਂ ਦੁਆਰਾ ਸਰਕਾਰੀ ਪ੍ਰਸ਼ਾਸਨ ਦੇ ਵਿਰੁੱਧ ਜੋ ਕਿ ਕੰਪਲੇਂਟਸ ਕੀਤੀਆਂ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨਗੇ ਤੇ ਆਪਣੀ ਰਿਪੋਰਟ ਦੇਣਗੇ ਠੀਕ ਹੈ राजे ਤਾਂ ਇਹ ਫਰਸਟ ਲੋਕਪਾਲ ਬਿੱਲ ਕਦੋਂ ਆਇਆ ਫਰਸਟ ਲੋਕਪਾਲ ਬਿੱਲ ਇਹਨਾਂ ਨੇ 1768 ਵਿੱਚ ਲੈ ਕੇ ਆਂਦਾ ਸੀ ਕਿਸ ਦੁਆਰਾ ਪrezent ਕੀਤਾ ਗਿਆ ਸੀ ਪ੍ਰਪੋਜ਼ ਕਿਸ ਨੇ ਕੀਤਾ ਸੀਗਾ ਐਡਵੋਕੇਟ ਐਡਵੋਕੇਟ ਸ਼ਾਂਤੀ ਭੂਸ਼ਣ ਸ਼ਾਂਤੀ ਭੂਸ਼ਣ ਨੇ ਸ਼ਾਂਤੀ ਭੂਸ਼ਣ ਨੇ ਕੀਤਾ ਸੀਗਾ ਠੀਕ ਹੈ ਤਾਂ ਇਹ ਮੇਨਲੀ ਪੁੱਛ ਲੈਂਦੇ ਨੇ ਪ੍ਰੈਜ਼ੈਂਟ ਕਦੋਂ ਹੋਇਆ ਪ੍ਰੈਜ਼ੈਂਟ ਪਾਰਲੀਮੈਂਟ ਚ ਹੋਇਆ 1768 ਵਿੱਚ ਹੋਇਆ ਪਾਸ ਕਦੋਂ ਹੋਇਆ ਪਾਸ ਆਪਣੀ ਚੌਥੀ ਲੋਕ ਸਭਾ ਚ ਹੋਇਆ ਸੀ ਚੌਥੀ ਲੋਕ ਸਭਾ ਆਪਣੀ ਸੀ 1769 ਵਿੱਚ ਚੌਥੀ ਲੋਕ ਸਭਾ ਚ ਪਾਸ ਹੋ ਗਿਆ ਸੀਗਾ ਬਟ ਰਾਜ ਸਭਾ ਬਟ ਰਾਜ ਸਭਾ ਜਾ ਕੇ ਫੇਲ ਹੋ ਗਿਆ ਰਾਜ ਸਭਾ ਜਾ ਕੇ ਰਾਜ ਸਭਾ ਜਾ ਕੇ ਕਾਂਠਾ ਵੱਜ ਗਿਆ ਸੀ ਰਾਜ ਸਭਾ ਨੇ ਇਹਨੂੰ ਪਾਸ ਨਹੀਂ ਕੀਤਾ ਸੀਗਾ ਤਾਂ ਬਿੱਲ ਪਾਸ ਨਹੀਂ ਹੋਇਆ ਸੀ ਠੀਕ ਹੈ ਲੋਕ ਸਭਾ ਚ ਇਹ 1769 69 ਵਿੱਚ ਪਾਸ ਹੋ ਗਿਆ ਸੀ ਬਟ ਰਾਜ ਸਭਾ ਜਾ ਕੇ ਫੇਲ ਹੋ ਗਿਆ ਸੀ ਠੀਕ ਹੈ ਪਾਸ ਨਹੀਂ ਹੋਇਆ ਸੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਕੀ ਹੈ ਇੱਕ ਲੋਕਲ ਇੱਕ ਉਨਾ ਕੀ ਕਿਆ ਵਿੱਚ ਉਹ ਫੋਲੋਇੰਗ ਕਮਿਸ਼ਨਸ ਐਂਡ ਕਮੇਟੀਆਂ ਹੈ ਰეკਮੈਂਡਡ ਟੂ ਕ੍ਰੀਏਟ ਦਾ ਲੋਕਲ ਬਾਡੀ ਲੋਕਲ ਬਾਡੀ ਵਿੱਚ ਅਮੈਂਡਮੈਂਟ ਲੋਕਲ ਬਾਡੀ ਵਿੱਚ ਅਮੈਂਡਮੈਂਟ ਬਣਾਉਂਦੀ ਸ਼ਫਾਰਿਸ਼ ਕਿਸ ਕਦੋਂ ਕੀਤੀ ਗਈ ਫਰਸਟ ਐਡਮਿਨਿਸਟ੍ਰੇਟਿਵ ਰਿਫਾਰਮਸ ਦੇ ਵਿੱਚ ਕੀਤੀ ਗਈ ਸੀ राजे ਫਰਸਟ ਐਡਮਿਨਿਸਟ੍ਰੇਸ਼ਨ ਰਿਫਾਰਮਸ ਕੀਤੀ ਗਈ ਸੀ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਇੰਡੀਅਨ ਪੋਲੀਟੀ ਦਾ ਨੈਕਸਟ ਕੁਐਸਚਨ ਜੇ ਆਪਾਂ ਗੱਲ ਕਰੀਏ ਇੰਡੀਅਨ ਮਾਡਲ ਆਫ ਅਮੈਂਡਮੈਂਟ ਇੰਡੀਅਨ ਮਾਡਲ ਆਫ ਅਮੈਂਡਮੈਂਟ ਕੀ ਹੈਗਾ ਭਾਰਤੀ ਮਾਡਲ ਕੀ ਹੈਗਾ ਭਾਰਤੀ ਮਾਡਲ ਹੈਗਾ राजे ਇੱਕ ਲੋਕਪਾਲ ਇੱਕ ਲੋਕਪਾਲ ਮੀਨਸ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨਾ ਇੱਕ ਲੋਕਪਾਲ ਹੈਗਾ ਠੀਕ ਹੈ ਲੋਕਪਾਲ ਬਿਲ ਹੈਗਾ ਅ ਉਸ ਤੋਂ ਲਾਪਾ ਗੱਲ ਕਰੀਏ ਆਪਾਂ ਫਰਸਟ ਸਟੇਟ ਹੂ ਪਰ ਇਨ ਵਿੱਚ ਆਫ ਦਾ ਫੋਲੋਇੰਗ ਸਟੇਟਸ ਦਾ ਆਫਿਸ ਆਫ ਲੋਕਾਇੁਕਤ ਲੋਕਾਇੁਕਤ ਦਾ ਸਭ ਤੋਂ ਪਹਿਲਾ ਆਫਿਸ ਕਿੱਥੇ ਕਿੱਥੇ ਬਣ ਬਣਿਆ ਲੋਕਾਇੁਕਤ ਦਾ ਸਭ ਤੋਂ ਪਹਿਲਾ ਆਫਿਸ ਬਣਿਆ ਸੀ ਰਾਜੇ ਆਪਣਾ ਮਹਾਰਾਸ਼ਟਰ ਦੇ ਵਿੱਚ ਕਿੱਥੇ ਬਣਿਆ ਸੀ ਮਹਾਰਾਸ਼ਟਰ ਰਾਜ ਬਣਿਆ ਸੀ ਰਾਜੇ ਮਹਾਰਾਸ਼ਟਰ ਜਾਖਣਾ 1771 ਵਿੱਚ 1771 ਵਿੱਚ ਫਸਟ ਆਫਿਸ ਬਣ ਗਿਆ ਸੀ ਲੋਕਾਇੁਕਤ ਦਾ ਜਿਸ ਵਿੱਚ ਕੀ ਹੋਇਆ ਸੀ ਜਿਸ ਵਿੱਚ ਇਹਨਾਂ ਕੀ ਕਰਨਾ ਸੀ ਇਨਵੈਸਟੀਗੇਸ਼ਨ ਕਿਸ ਕੀ ਕਰਦਾ ਇਨਵੈਸਟੀਗੇਸ਼ਨ ਕੇਸ ਕਰਦਾ ਜੋ ਕਿ ਕਰਾਪਸ਼ਨ ਕੇਸ ਹੁੰਦੇ ਨੇ ਉਹਨਾਂ ਕਰਾਪਸ਼ਨ ਕਮੇਟੀ ਦੇ ਜੋ ਕੇਸ ਹੁੰਦੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਦਾ ਸਟੇਟ ਲੈਵਲ ਤੇ ਲੋਕਾਇੁਕਤ ਕੰਮ ਕੀ ਹੁੰਦਾ ਹੈ ਸਟੇਟ ਲੈਵਲ ਤੇ ਸਟੇਟ ਲੈਵਲ ਤੇ ਜੋ ਕਿ ਕ腐ਸ਼ਨ ਕਮੇਟੀ ਕਿਉਂਕਿ ਕ腐ਸ਼ਨ ਕਮੇਟੀ ਦੇ ਜੋ ਕੇਸ ਹੁੰਦੇ ਨੇ ਕ腐ਸ਼ਨ ਕਮੇਟੀ ਦੇ ਕੇਸ ਹੁੰਦੇ ਨੇ ਉਹਨਾਂ ਦੀ ਇਹ ਪੈਰਵਾਈ ਕਰਦਾ ਉਹਨਾਂ ਦੀ ਇਹ ਮੀਨਸ ਇਨਵੈਸਟੀਗੇਸ਼ਨ ਕਰਦਾ ਨੈਕਸਟ ਕੁਐਸਚਨ ਗੱਲ ਕਰੀਏ ਤਾਂ ਫਰਸਟ ਇੰਡੀਅਨ ਸਟੇਟ ਟੂ ਪਾਸ ਦਾ ਲੋਕਾਇੁਕਤ ਬਿਲ ਫਰਸਟ ਇੰਡੀਅਨ ਸਟੇਟ ਲੋਕਾਇੁਕਤ ਬਿਲ ਪਾਸ ਕੀਤਾ ਲੋਕਾਇਕਤ ਬਿੱਲ ਪਾਸ ਕਰਨਾ ਠੀਕ ਹੈ ਪਿੱਛੇ ਕੀ ਸੀਗਾ ਸਟੈਬਲਿਸ਼ ਹੋਣਾ ਆਫਿਸ ਸਟੈਬਲਿਸ਼ ਹੋਇਆ ਪਰ ਬਿੱਲ ਸਭ ਤੋਂ ਪਹਿਲਾਂ ਕਿੰਨੇ ਪਾਸ ਕੀਤਾ ਸੀ 2011 ਦੇ ਵਿੱਚ ਬਿੱਲ ਕਿਸ ਨੇ ਪਾਸ ਕੀਤਾ ਸੀ ਉੱਤਰਾਖੰਡ ਨੇ ਕੀਤਾ ਸੀ ਕਿਸ ਨੇ ਕੀਤਾ ਸੀ ਉੱਤਰਾਖੰਡ ਨੇ ਕੀਤਾ ਸੀ ਇਹ ਗੱਲ ਯਾਦ ਰੱਖ ਲੈਣੀ ਹੈ ਉੱਤਰਾਖੰਡ ਨੇ ਕੀਤਾ ਸੀ ਰਾਜੇ ਨੈਕਸਟ ਕੁਐਸਚਨ ਦੀ ਗੱਲ ਕਰ ਗੱਲ ਕਰੀਏ ਤਾਂ ਐਕਸਪੈਂਸਿਵ ਜੋ ਐਕਸਪੈਂਸਿਵ ਹੁੰਦੇ ਨੇ ਪਬਲਿਕ ਸਰਵਿਸ ਕਮਿਸ਼ਨਸ ਦੇ ਉੱਤਰ ਪ੍ਰਦੇਸ਼ ਵਿੱਚ ਉਹ ਅਰਚਾਰਜ ਹੁਣ ਚਾਰਜ ਕਿੱਥੇ ਹੋਣਗੇ ਕੋਈ ਸਟੇਟ ਦਾ ਸਟੇਟ ਦਾ ਕਨਸੋਲੀਡੇਟਡ ਫੰਡ ਚ ਹੋਣਗੇ ਕਿੱਥੋਂ ਸਟੇਟ ਦੇ ਕਨਸੋਲੀਡੇਟਡ ਫੰਡ ਚ ਹੋਣਗੇ ਜਿਆਦਾ ਜਿਆਦਾ ਕਨਸੋਲੀਡੇਟ ਫੰਡ ਆਫ ਦਾ ਸਟੇਟ ਕਨਸੋਲ ਜੋ ਵੀ ਸਟੇਟ ਦੇ ਕਨਸੋਲੀਡੇਟਡ ਫੰਡ ਹੁੰਦੇ ਨੇ ਉੱਥੋਂ ਹੋਣਗੇ ਮੀਨਸ ਇੱਥੋਂ ਸਾਰੀਆਂ ਕੀ ਹੁੰਦੀਆਂ ਨੇ ਸੈਲਰੀਸ ਵਗੈਰਾ ਸਾਰੀਆਂ ਜਾਂਦੀਆਂ ਨੇ ਇਹ ਕੀ ਚੀਜ਼ ਹੁੰਦਾ ਹੈ ਕਨਸੋਲੀਡੇਟ ਫੰਡ ਆਫ ਦਾ ਸਟੇਟ ਕੀ ਹੁੰਦਾ ਹੈ ਇਹ ਸਰਕਾਰ ਦਾ ਬੈਂਕ ਅਕਾਊਂਟ ਹੁੰਦਾ ਇਹਨੂੰ ਕੀ ਬੋਲਦੇ ਨੇ ਬੈਂਕ ਅਕਾਊਂਟ ਕੁਐਸਚਨ ਕਈ ਵਾਰ ਆ ਜੇ ਬੈਂਕ ਅਕਾਊਂਟ ਆਫ ਦਾ ਸਟੇਟ ਗਵਰਨਮੈਂਟ ਸਟੇਟ ਗਵਰਨਮੈਂਟ ਦਾ ਜੋ ਬੈਂਕ ਅਕਾਊਂਟ ਹੁੰਦਾ ਉਹ ਕੀ ਹੁੰਦਾ ਕਨਸੋਲੀਡੇਟ ਫੰਡ ਆਫ ਦਾ ਸਟੇਟ ਠੀਕ ਹੈ ਜੀ ਗੱਲ ਯਾਦ ਰੱਖ ਲੈਣੀ ਜਿੰਦੇ ਸਾਰੇ ਟੈਕਸ ਵਗੈਰਾ ਜਮ੍ਹਾਂ ਹੁੰਦੇ ਨੇ ਸੀ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ 17ਵੇਂ ਕੁਐਸਚਨ ਦੀ 17ਵਾਂ ਕੁਐਸਚਨ ਕੀ ਹੈਗਾ 17ਵੇਂ ਕੁਐਸਚਨ ਹੈਗਾ ਹੂ ਰਿਕਮੈਂਡਡ ਟੂ ਐਂਡ ਇਨੀ ਐਡਮਿਨਿਸਟ੍ਰੇਟਿਵ ਸਰਵਿਸਸ ਐਂਡ ਇਨੀ ਪੁਲਿਸ ਸਰਵਿਸਸ ਬੀ ਜੋ ਆਈਆਈਐਸ ਐਂਡ ਆਈਪੀਐਸ ਦੀਆਂ ਸਰਵਿਸਸ ਨੂੰ ਖਤਮ ਕਰਨਾ ਐਂਡ ਕਰਨ ਦੀ ਸਿਫਾਰਿਸ਼ ਕਿਸ ਨੇ ਕੀਤੀ ਸੀਗੀ ਉਹ ਕੀਤੀ ਸੀ ਰਾਜਾ ਮਹਿਨਨ ਕੁਝ ਕਿ ਰਾਏ ਮਨ ਕਮਿਸ਼ਨ ਨੇ ਕੀਤੀ ਸੀ ਬਟ ਅਪਰੂਵ ਨਹੀਂ ਹੋ ਪਾਈ ਠੀਕ ਹੈ ਜ ਲਾਗੂ ਨਹੀਂ ਹੋ ਪਾਈ ਅਗਲੇ ਹੈਗਾ 18ਵਾਂ 18ਵੇਂ ਚ ਕੀ ਹੈਗਾ ਵਟ ਡਸ ਵਟ ਵਾਸ ਦਾ ਆਬਜੈਕਟਿਵ ਆਫ ਆਬਜੈਕਟਿਵ ਟੂ ਦਾ ਪ੍ਰੋਟੈਕਟਿੰਗ ਪ੍ਰੋਟੈਕਟਿੰਗ ਹਿਊਮਨ ਰਾਈਟਸ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਪ੍ਰੋਟੈਕਟ ਕਰਨਾ 1993 ਨੂੰ ਦੇਸ਼ ਕੀ ਹੈ ਉਦੇਸ਼ ਕੀ ਨਮੀਨਲੀ ਕੀ ਉਦੇਸ਼ ਨੂੰ ਆਪਾਂ ਉਸਹੀ ਦੇਖਣਾ ਕਿਹੜਾ ਹੈ ਬੈਟਰ ਪ੍ਰੋਟੈਕਸ਼ਨ ਆਫ ਹਿਊਮਨ ਰਾਈਟ ਜਿਹੜੀ ਹਿਊਮਨ ਰਾਈਟ ਨੂੰ ਬੈਟਰ ਪ੍ਰੋਟੈਕਟ ਕਰਨਾ ਜਿਵੇਂ ਕਿ ਫੈਕਟਰੀਆਂ ਵਿੱਚ ਘੱਟ ਉਮਰ ਦੇ ਬੱਚਿਆਂ ਨੂੰ ਮਜ਼ਦੂਰੀ ਨਾ ਕਰਾਉਣੀ ਇਹ ਇਹੋ ਲੰਚੀਆਂ मनुखी शोषण ना करना नैक्सट उस उसके अलावा कि आप दूसू दूसरा की टू कॉन्सटीट्यूट ह्यूमन राइट्स प्रोटैक्शन कॉन्स्टिट्यूट भी करते हैं टू कॉन्सटीट्यूट ह्यूमन राइट्स प्रोटैक्शन इन द स्टेट स्टेट में भी करते हैं सेंट्रल करते हैं मीनस ऑल ऑफ द भ आवेगा मीनस डी इज़ द राइट आंसर डी की है डी बिल्कुल सही आंसर है जी डी ਇਸ ਦਾ ਰਾਈਟ ਆਨਸਰ ਠੀਕ ਹੈ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਉਹਨੂੰ ਵੀ ਕੁਐਸਚਨ ਦੀ ਉਹਨੂੰ ਕੁਐਸਚਨ ਕੀ ਦਾ ਰਿਪੋਰਟ ਆਫ ਦਾ ਮੰਡਲ ਕਮਿਸ਼ਨ ਮੰਡਲ ਕਮਿਸ਼ਨ ਨੇ ਕੀ ਸੀਗਾ ਇੱਕ ਸਰਕਾਰ ਨੇ ਰਿਪੋਰਟ ਬਣਾਉਣ ਵਾਸਤੇ ਕਿਹਾ ਸੀ ਵੀ ਤੁਸੀਂ ਐਜੂਕੇਸ਼ਨਲ ਤੁਸੀਂ ਇੱਕ ਸੋਸ਼ਲ ਸੋਸ਼ਲ ਐਂਡ ਇਕਨੋਮਿਕ ਬੇਸ ਤੇ ਜੋ ਵੀਕਰ ਸੈਕਸ਼ਨ ਨੇ ਜਾਂ ਐਜੂਕੇਸ਼ਨਲ ਬੇਸ ਤੇ ਜੋ ਵੀਕਰ ਸੈਕਸ਼ਨਸ ਨੇ ਬੈਕਵਰਡ ਕਲਾਸਸ ਨੇ ਉਹਨਾਂ ਦੀ ਰਿਪੋਰਟ ਤਿਆਰ ਕਰੋ ਤਾਂ ਇਹਨਾਂ ਨੇ ਆਪਣੀ ਰਿਪੋਰਟ ਕਰਦੋਂ ਦਿੱਤੀ ਸੀ ਇਹਨਾਂ ਨੇ ਆਪਣੀ ਰਿਪੋਰਟ ਦਿੱਤੀ ਸੀ 1980 ਦੇ ਵਿੱਚ ਇਹਨਾਂ ਨੇ ਆਪਣੀ ਰਿਪੋਰਟ 1980 ਵਿੱਚ ਸਬਮਿਟ ਕੀਤੀ ਸੀ ਰਾਜੇ ਨੈਕਸਟ ਕੁਐਸਚਨ ਦੇ ਆਪਾਂ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕੀ ਹੈ ਕਨਸੀਡਰ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਇੰਡੀਅਨ ਮਨੋਟਰੀ ਜੋ ਇੰਡੀਅਨ ਮਨੋਟਰੀ ਸੇ ਯਾਨੀ ਇੰਡੀਅਨ ਦੇ ਇੰਡੀਅਨਸ ਦੇ ਕਟ ਗਿਣਤੀਆਂ ਵਾਸਤੇ ਹੈਗਾ ਮੀਨਸ ਉਹਨਾਂ ਵਾਸਤੇ ਆਪਾਂ ਦੇਖਣਾ ਕਿਹ गवर्नमेंट द गवर्नमेंट हैज़ नोटिफाइड द फाइव कम्युनिटीज़ फाइव कम्युनिटीज होंगे यानी मीनसली सिख हो गए मीनली सिख सिख हो गए मुस्लिम हो गए क्रिश्चन हो गए बुद्धिज्म हो गए ठीक है या ਕੀ ਰਿਸਟੈਂਸ ਹੋ ਗਿਆ ਠੀਕ ਹੈ ਜੀ ਤਾਂ ਇਹਨਾਂ ਨੇ ਕੀ ਕਿਹਾ ਅੱਗੇ ਤਾਂ ਬਿਲਕੁਲ ਸਹੀ ਹੈਗਾ ਉਸ ਤੋਂ ਇਲਾਵਾ ਕੀ ਕਿਹਾ ਨੈਸ਼ਨਲ ਕਮਿਸ਼ਨ ਆਫ ਮਿਨੋਰਿਟੀਜ਼ ਗਿਵ ਦਾ ਗਿਵ ਦਾ ਸਟੈਟੂਟਰੀ ਸਟੇਟਸ ਸੈਚੂਸਟੇਟਸ ਮਿਲਿਆ ਹੋਇਆ ਬਿਲਕੁਲ ਸਹੀ ਹੈ ਤਾਂ ਸਮਾਲੈਸਟ ਸਮਾਲੈਸਟ ਜਿਹੜੀ ਹੈਗੀ ਹੈ ਸਮਾਲੈਸਟ ਮਿਨੋਰਿਟੀ ਕਿਹੜੀ ਹੈ ਸਮਾਲੈਸਟ ਮਿਨੋਰਿਟੀ ਜੈਨ ਜੈਨੀ ਮਿਨੋਰਿਟੀ ਜਿਹੜੀ ਹੈ ਜੈਨਸ ਹੁੰਦੇ ਨੇ ਉਸ ਸਮਾਲੈਸਟ ਹੁੰਦੇ ਨੇ ਠੀਕ ਹੈ ਜੀ ਸਮਾਲੈਸਟ ਰਿਲੀਜੀਅਸ ਮਿਨੋਰਿਟੀ ਮਿਨੋਰਿਟੀ ਸਹੀ ਹੈ ਨਾ ਠੀਕ ਹੈ ਉਸ ਤੋਂ ਇਲਾਵਾ ਤੀਸਰਾ ਗਲਤ ਪਾਇਆ ਜਾਂਦਾ ਦੂਜਾ ਵੀ ਸਹੀ ਹੈ ਅੱਗੇ ਕੀ ਹੈ ਦਾ recognize and protect religious and linguistic linguistic language धर्म دي ਤੇ ਲੈਂਗੁਏਜ ਤੇ ਆਧਾਰਿਤ ਉਹਨਾਂ ਨੂੰ ਪ੍ਰੋਟेक्ट ਕਰਦੀ ਹੈ ਇਹ ਬਿਲਕੁਲ ਸਹੀ ਹੈ ਇਹਨ ਵਿੱਚ ਕੀ ਬਨੇਗਾ ਤੀਸਰਾ ਗਲਤ ਹੋ ਗਿਆ 1 2 ਤੇ 4 1 2 4 ਮੀਨਸ ਡੀ অপਸ਼ਨ ਆਵੇਗਾ ਰਾਜੇ ਬਹੁਤ ਸਹੀ ਕੁਐਸਚਨ ਹੈ ਬਹੁਤ ਅੱਛਾ ਕੁਐਸਚਨ ਹੈ ਠੀਕ ਹੈ ਰਾਜੇ ਤਾਂ ਤੁਸੀਂ ਇਸ ਨੂੰ ਕਰਨਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਆਪਣਾ ਇਹ ਕੁਐਸਚਨਸ ਨੋਟ ਕਰੋ ਕਾਫੀ ਇੰਪੋਰਟੈਂਟ ਕੁਐਸਚਨ ਠੀਕ ਹੈ ਚਲੋ ਮਿਲਦੇ ਹਾਂ ਨੈਕਸਟ கிளாਸ ਥੈਂਕ ਯੂ ਬੈਸਟ ਆਫ ਲੱਕ